ਵੀਰੋ ਬ੍ਰੇਕਪਾਟ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਿਕ ਅਹਿਮਤ ਹੈ ਸਿੱਖ ਇਤਿਹਾਸ ਦੇ ਹਵਾਲੇ ਨਾਲ 1978 ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਉਦੋਂ 올 ਇੰਡੀਆ ਕਹਿੰਦੇ ਸੀ ਜੀ ਉਹਨਾਂ ਦੀ ਸਾਲਾਨਾ ਕਨਵੈਨਸ਼ਨ ਹੋਈ ਔਰ ਪਾਈ ਅਮਰੀਕ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਚੁਣੇ ਗਏ ਬੇਸ਼ੱਕ ਸਿੱਖ ਸਟੂਡੈਂਟ ਫੈਡਰੇਸ਼ਨ 1944 ਦੇ ਨਿਢਿਟੜੇ ਹੋਣਾ ਚਾਹੀਏ ਕੁਝ ਸਾਲ ਉਹਦੀ ਚੰਗੀ ਕਾਰਗੁਜ਼ਾਰੀ ਰਹੀ ਪਹਿਲੇ 10 ਸਾਲ ਪਰ 1950ਵਿਆਂ ਦੇ ਵਿੱਚ ਪਹੁੰਚਦੇ ਪਹੁੰਚਦੇ ਆ ਇਹ ਬਿਲਕੁਲ ਇੱਕ ਡੈਡ ਆਰਗੇਨਾਈਜੇਸ਼ਨ ਬਣ ਗਈ ਸੀ 60ਵਿਆਂ ਦੇ ਵਿੱਚ ਪੰਜਾਬ ਵਿੱਚ ਕਾਮ ਰੈਡਾਂ ਦਾ ਜ਼ੋਰ ਪੈ ਗਿਆ ਫਿਰ ਜਿਹੜੀ ਪੰਜਾਬ ਸਟੂਡੈਂਟ ਯੂਨੀਅਨ ਸੀ ਇਹ CPIM ਦਾ ਸਟੂਡੈਂਟ ਵਿੰਗ ਸੀ ਇਹ ਬੜਾ ਪਪੂਲਰ ਹੋਇਆ ਤੇ ਇੱਕ SFI ਸੀ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਇਹ CPI ਦਾ ਸਟੂਡੈਂਟ ਵਿੰਗ ਸੀ ਇਹ ਪਪੂਲਰ ਹੋਇਆ ਜਿਹੜੇ DAV ਕਾਲਜ ਜਾਂ ਹਿੰਦੂ ਸਨਾਤਨ ਕਾਲਜ ਸੀ ਉਹਨਾਂ ਦੇ ਵਿੱਚ RSS ਦੀ ਜਿਹੜੀ ਆਊਟਫਿਟ ਆ ਖ일 ਭਾਰਤੀ ਵਿਦਿਆਰਥੀ ਪਰਿਸ਼ਦ ਜੀ ਉਹਨਾਂ ਦੀਆਂ ਬ੍ਰਾਂਚਾਂ ਬਣਦੀਆਂ ਨੇ ਫੈਡਰੇਸ਼ਨ ਥੱਲੇ ਨੂੰ ਜਾਂਦੀ ਰਹੀ 1978 ਦੇ 13 April ਦੇ ਕਾਂਡ ਤੋਂ ਬਾਅਦ ਜਿੱਦੇ 13 ਸਿੰਘ ਸ਼ਹੀਦ ਹੋਏ ਪੰਜਾਬ ਤੋਂ ਜ਼ਿਆਦਾ ਜ਼ਖਮੀ ਹੋਏ ਸੰਜਨੈਲ ਸਿੰਘ ਖਾਲਸਾ ਪੰਡਾਵਾੜੇ ਸੀਨ ਦੇ ਉੱਤੇ ਹੋਰ ਵੀ ਮਜ਼ਬੂਤੀ ਨਾਲ ਉੱਭਰੇ ਔਰ ਭਾਈ ਅੰਮ੍ਰਿਤ ਸਿੰਘ ਜਿਹੜੇ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਐਮਏ ਕਰਦੇ ਸੀ ਔਰ ਸੰਤ ਕਰਤਾਰ ਸਿੰਘ ਖਾਲਸਾ ਪੰਡਾਵਾੜਿਆਂ ਦੇ ਸੁਪੁੱਤਰ ਸਨ ਜੀ ਇਨਾ ਨੂੰ ਫੈਡਰੇਸ਼ਨ ਦਾ ਪ੍ਰਦਾਨ ਬਣਾਇਆ ਗਿਆ ਪਰ 1978 ਤੋਂ 1984 ਤੱਕ ਫੈਡਰੇਸ਼ਨ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਰਿਹਾ ਸਾਰੇ ਧਰਮਯੁੱਧ ਮੋਰਚੇ 'ਚ ਵੀ ਆਰਗੇਨਾਈਜ਼ ਵੀ ਹੋਏ ਔਰ ਭਾਈ ਅਮਰੀਕ ਸਿੰਘ ਸੰਜਨੈਲ ਸਿੰਘ ਖਾਲਸਾ ਪੰਡਵਾੜੇ ਜਨਰਲ ਸੁਬੀਕ ਸਿੰਘ ਦੇ ਨਾਲ ਜਿਹੜਾ ਜੂਨ 84 ਦੇ ਕੱਲੂਕਾਰੇ ਵਿੱਚ ਉਹਨਾਂ ਨੇ ਜੂਝ ਕੇ ਸ਼ਹੀਦੀ ਪਾਈ ਉਸ ਤੋਂ ਬਾਅਦ ਵੀ ਲੰਮਾ ਸਮਾਂ ਅੱਡ ਅੱਡ ਜਿਹੜੀਆਂ ਜਿਜ਼ਾਰੂ ਜਥੇਬੰਦੀਆਂ ਦੇ ਨਾਲ 6 ਸਟੂਡੈਂਟ ਫੈਡਰੇਸ਼ਨ ਦਾ ਬਹੁਤ ਵੱਡਾ ਯੋਗਦਾਨ ਰਿਹਾ ਖਾਰਸਤਾਨ ਦੇ ਸੰਘਰਸ਼ ਬਹੁਤ ਸਾਰੇ ਉਸ ਤੇ ਨੇਤਾ ਕਾਰਕੁਨ ਉਹਨਾਂ ਨੇ ਸ਼ਹੀਦੀ ਪਾਈ ਪਰ ਬਦਕਿਸਮਤੀ ਨਾਲ ਹੁਣ ਫੇਰ ਭਾਵੇਂ ਫੈਡਰੇਸ਼ਨ ਦਾ ਤਿੰਨ ਚਾਰ ਨਾਮਾ ਥੱਲੇ ਚੱਵਦੀਆਂ ਨੇ ਪਰ ਉਹ ਗੱਲ ਦੁਬਾਰਾ ਕਦੇ ਵੀ ਨਹੀਂ ਬਣ ਸਕੀ ਜੀ 1900 ਜਿਹੜੀ ਫੈਡਰੇਸ਼ਨ ਹੈ 1946 ਚ ਨਹੀਂ 1943 ਚ ਬਣੀ ਸੀ ਜੀ 1983 ਦੇ ਵਿੱਚ ਬਾਬਾ ਬਕਾਲਾ ਚ ਨਿਹੰਗ ਸਿੰਘਾਂ ਦੀ ਛੋਣੀ ਬਾਬਾ ਵਿਸ਼ਨ ਸਿੰਘ ਉੱਥੇ ਰਹਿਣੇ ਲੰਬਾ ਵਕਤ ਉਹਦੇ ਤੇ ਸੀਆਰਪੀਐਫ ਨੇ ਗੋਲੀ ਚਲਾਈ ਦੋ ਨਿਹੰਗ ਸਿੰਘ ਸ਼ਹੀਦ ਹੋਏ 10 ਤਕਰੀਬ ਜ਼ਖਮੀ ਹੋਏ ਔਰ ਉਹ ਇਨੀ ਗੋਲੀ ਜਿਹੜੀ ਆ ਬੇਤਹਾਸ਼ਾ ਚੱਲੀ ਕਿ ਦਰਜਨਾ ਘੋੜੇ ਜਿਹੜੇ ਨੇ ਉਹ ਵੀ ਮਾਰੇ ਗਏ ਔਰ ਪ੍ਰਾਪਰਟੀ ਵੀ ਉਹਨਾਂ ਨੇ ਲੁੱਟੀ ਇਹ ਹੁਣ 1983 ਦੀ ਗੱਲ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੀ ਪਿੰਡਰਾਣਿਆਂ ਨੇ ਕੀ ਕਰਤਾ ਕੀ ਨਹੀਂ ਕਰਤਾ ਕਿ ਵੀ ਇਹ ਜਿਹੜੇ ਇਹਨਾਂ ਦੇ ਸਾਰੇ ਕਾਰੇ ਸੀ ਇਹ ਸਿੱਖਾਂ ਨੂੰ ਡਰਾਉਣ ਦੇ ਲਈ ਸੀ ਦਸਣ ਦੇ ਲਈ ਸੀ ਵੀ ਤੁਸੀਂ ਨਿਹੰਗਾਂ ਜੋ ਪ੍ਰਾਈਡ ਲੈਂਦੇ ਹੋ ਬੜਾ ਇਹ ਸਾਡੇ ਸੀਆਰਪੀਐਫ ਦੀਆਂ ਗੋਲੀਆਂ ਦਾ ਖਾਦਰ ਹੈ ਅਸੀਂ ਇਹਨਾਂ ਦੇ ਘੋੜੇ ਵੀ ਨਹੀਂ ਜੂੰਦੇ ਰਹਿਣ ਦੇਣੇ ਜੀ 1984 ਦੇ ਵਿੱਚ ਨੌਵੀਂ ਸਿੱਖ ਰਜiment ਜਿਨ੍ਹਾਂ ਨੇ ਬਗਾਵਤ ਕੀਤੀ ਸੀ ਜੂਨ 84 ਦੇ ਕੱਲੂਕਾਰੇ ਵੇਲੇ ਰਾਮਗੜ੍ਹ ਔਰ ਦੂਸਰੀਆਂ ਉਹਨਾਂ ਨੂੰ ਤੋੜ ਦਿੱਤਾ 2013 ਦੇ ਵਿੱਚ ਸੁਰਜੀਤ ਸਿੰਘ ਬਾਜੀਗਰ ਨਾਮ ਦੇ ਥਾਣੇਦਾਰ ਨੇ ਜਿਹੜਾ ਕਿ ਆਮ ਚੋਪਰਤੀ ਕੀਤਾ ਸੀ ਉਹਨੇ ਇਕਬਾਲ ਕੀਤਾ ਹੈ ਕਿ ਜੀ ਮੈਂ ਜਿਹੜੇ ਨੇ 24 ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਜਨਾਬੀ ਤੇਈ ਦੇ ਖਰੀਬ ਸਿੱਖ ਮਾਰੇ ਨੇ ਪਰ ਉਦੀ ਸਟੇਟਮੈਂਟ ਦੇ ਬਾਵਜੂਦ ਮੀਡੀਆ ਕਾਨਫਰੰਸ ਹਾਈ ਕੋਰਟ ਤੱਕ ਜਾਣ ਦੇ ਬਾਵਜੂਦ ਉਸ ਨੂੰ ਦੀ ਗੱਲ ਨੂੰ ਕਿਸੇ ਨੇ ਨਹੀਂ ਸੁਣਿਆ ਔਰ ਉਹ ਬਿਲਕੁਲ ਅਜਵੀ ਇਸ ਤੇ ਉੱਤੇ ਕੋਈ ਇਨਵੈਸਟੀਗੇਸ਼ਨ ਮਾਰਕ ਨਹੀਂ ਹੋਈ ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1777 ਦੇ ਵਿੱਚ ਵਰਮਾਂਟ ਪਹਿਲੀ ਅਮਰੀਕਨ ਕਲੋਨੀ ਬਣਿਆ ਜਨੇ ਇਸ ਸਲੇਵਰੀ ਨੂੰ ਖਤਮ ਕੀਤਾ 1916 ਦੇ ਵਿੱਚ ਲੈਨਨ ਨੇ ਬਿਆਨ ਦਿੱਤਾ ਹੈ ਕਿ ਇੰਪੀਰੀਅਲਿਜ਼ਮ ਇਜ਼ ਕੌਜ਼ਡ ਬਾਈ ਕੈਪਟਲਿਜ਼ਮ ਕਿ ਇਹ ਜਿਹੜਾ ਸਲਤਨਤਵਾਦ ਹੈ ਸਮਰਾਜਵਾਦ ਹੈ ਇਹ ਜਿਹੜਾ ਪੂੰਜੀਵਾਦ ਚੋਂ ਨਿਕਲਦਾ ਫਿਰ ਕਮਿਨਿਸਟਾਂ ਨੇ ਆਪ ਕੀ ਕਰਤੂਤਾ ਕੀਤੀਆਂ ਕਿਡੇ ਵੱਡੇ ਪੂੰਜੀਵਾਦੀ ਅੱਜ ਨੇ ਇਹ ਹਕੀਕਤ ਸਾਹਮਣੇ ਹੈ ਜੀ 1928 ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਨੇ ਪਹਿਲੀ ਵਾਰ ਔਰਤਾਂ ਨੂੰ ਵੋਟ ਦੇਣ ਦੇ ਹੱਕ ਨੂੰ ਜਿਹੜਾ ਉਹ ਮਨਜ਼ੂਰੀ ਦਿੱਤੀ 1940 ਚ ਹਿਟਲਰ ਨੇ ਆਰਡਰ ਕੀਤਾ ਕਿ ਇੰਗਲੈਂਡ ਦੇ ਉੱਤੇ ਫੁੱਲ ਸਕੇਲ ਦਾ ਹਵਾ ਬੋਲੋ 1940 ਸੁਵਾਚੰਦਰ ਬੋਸ ਨੂੰ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਲਿਆ ਕਲਕੱਤੇ ਦੇ ਵਿੱਚ ਉੱਥੋਂ ਐਸਕੇਪ ਕੀਤਾ ਇਧਰੋਂ ਪੰਜਾਬ 'ਚ ਸਿੱਖਾਂ ਨੇ ਮਦਦ ਕਰਕੇ ਜਲਾਲਾਬਾਦ ਅਫਗਾਨਿਸਤਾਨ ਰਹੀਂ ਉਹਨੂੰ ਰੂਸ ਕੱਢਿਆ ਉੱਥੋਂ ਹੁੰਦਾ ਹੋਇਆ ਉਹ ਜਰਮਨੀ ਪਹੁੰਚਿਆ ਔਰ ਫਿਰ ਕਿਵੇਂ ਆਜ਼ਾਦ ਹਮ ਫੌਜ ਬਣਾਈ ਔਰ ਬਾਅਦ ਵਿੱਚ ਕਿਵੇਂ ਉਹਦੀ ਡੈਥ ਹੋਈ ਇੱਕ ਵੱਖਰੀ ਕਹਾਣੀ ਹੈ ਪਰ ਅੱਜ ਦੇ ਦਿਨ ਜਿਹੜੀ ਹੈ ਉਸ ਦੀ ਨਜ਼ਰਬੰਦੀ ਹੋਈ 1972 ਦੇ ਵਿੱਚ ਸ਼ਮਲਾ ਐਗਰੀਮੈਂਟ ਹੋਇਆ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਜਿਹਦੇ ਥੱਲੇ 90000 ਦੇ ਕਰੀਬ ਪਾਕਿਸਤਾਨੀ ਜਿਹੜਾ ਸ਼ੋਲਡਰ ਔਰ ਸਿਵਿਲিয়ান ਵੀ ਸੀ ਉਹ ਵਾਪਸ ਪਾਕਿਸਤਾਨ ਗਏ ਔਰ ਜਿਹੜੀ ਹੈ ਅੱਜ ਵੀ ਉਹਨੂੰ ਸ਼ਿਮਲੇ ਐਗਰੀਮੈਂਟ ਦਾ ਆਧਾਰ ਬਣਾ ਕੇ ਇੰਡੀਆ ਇਹ ਮੰਨਣ ਤੋਂ ਇਨਕਾਰੀ ਹੁੰਦਾ ਹੈ ਕਿ ਜੀ ਅਸੀਂ ਇਹਨੂੰ ਇੰਟਰਨੈਸ਼ਨਲ ਮਸਲਾ ਨਹੀਂ ਮੰਨਦੇ 1976 ਦੇ ਵਿੱਚ ਉੱਤਰੀ ਤੇ ਦੱਖਣੀ ਵਿਤਨਾਮ ਜਿਨ੍ਹਾਂ ਨੂੰ ਇਹਨਾਂ ਨੇ ਵੈਸਟਰਨ ਪਾਵਰਸ ਨੇ ਤੋੜਿਆ ਸੀ ਲੜਾਈ ਵੀ ਕਰਾਈ ਸੀ ਉਹ ਜਿਹੜੇ ਨੇ ਇਕੱਠੇ ਹੋਏ ਸੋ ਇਹ ਵਰਲਡ ਹਿਸਟਰੀ ਜੀ ਡਾਕਟਰ ਬੋਰਪੁਰ ਸ਼ੁਕਰੀਆ ਸਾਡਾ ਸਵਾਲ ਹੈ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟਰੀ ਰਣਵੀ ਰਣਨੀਤ ਸਿੰਘ ਬਿੱਟੂ ਨੇ ਮੰਗ ਕੀਤੀ ਹੈ ਕਿ ਨਾਨਕਸਰ 68 ਪਲੇਰਾ ਤੋਂ ਹਜ਼ੂਰ ਸਾਹਿਬ ਨੂੰ ਸਿੱਧੀ ਟ੍ਰੇਨ ਚਲਾਈ ਜਾਵੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਰੋਡ ਸਾਹਿਬ ਦੇਖੋ ਇਸ ਖਬਰ ਤੋਂ 2 ਦਿਨ ਪਹਿਲਾਂ ਨਾਮਧਾਰੀਆਂ ਦੇ ਇੱਕ ਡੈਲੀਗੇਸ਼ਨ ਨੂੰ ਬਾਦਲ ਨੇ ਮਿਲ ਕੇ ਕਿਹਾ ਕਿ ਜੀ ਫਿਕਰ ਨਾ ਕਰੋ ਅਸੀਂ ਸਤਗੁਰੂ ਰਾਮ ਸਿੰਘ ਦੇ ਨਾਂ ਤੇ ਆ ਵੀ ਬਣਾਵਾਂਗੇ ਭੈਣੀ ਜੀ ਦੱਸੋ ਤੁਹਾਨੂੰ ਕੀ ਚਾਹੀਦਾ ਇੱਕ ਮੈਮੋਰੀਅਲ ਬਣਾਵਾਂਗੇ ਜਿਹੜਾ ਕਰਤਾਰਪੁਰ ਬਣ ਚ ਬਣ ਰਿਹਾ ਹੈ ਉਹਦੇ ਚ ਅਸੀਂ ਉਹਦੀ ਸਪੈਸ਼ਲ ਗੈਲਰੀ ਬਣਾਵਾਂਗੇ ਸਾਰੇ ਮਨਿਸਟਰ ਇਕੱਠੇ ਕੀਤੇ ਉਹਨਾਂ ਨੇ ਕਿਹਾ ਜ ਜਿੰਨੀਆਂ ਸਕੂਲ ਟੈਕਸਟ ਬੁਕਸ ਨੇ ਕਾਲਜ ਟੈਕਸਟ ਬੁਕਸ ਨੇ ਉਹਨਾਂ ਦੇ ਵਿੱਚ ਕੂਕਿਆਂ ਦੀ ਕੁਰਬਾਨੀ ਦੇ ਜਿਹੜੇ ਨੇ ਉਹ ਚੈਪਟਰ ਐਡ ਕਰੋ ਰਾਮ ਸਿੰਘ ਦੇ ਜਨਮ ਦਿਨ ਦੀ ਤਾਂ ਪਹਿਲਾਂ ਹੀ ਛੁੱਟੀ ਐਲਾਨੀ ਹੋਈ ਹੈ ਪੰਜਾਬ ਸਰਕਾਰ ਨੇ ਗੁਰੂ ਨਾਨਕ ਯੂਨੀਵਰਸਿਟੀ ਚ ਵੀ ਚੇਅਰ ਬਣਾਈ ਹੋਈ ਹੈ ਜੀ ਸੋ ਕੁੱਲ ਮਿਲਾ ਕੇ ਇਸ ਵੇਲੇ ਇਹ ਜਿੰਨੇ ਕੁ ਵੀ ਲੱਗੇ ਹੋਏ ਨੇ ਪੋਲਿਟਿਸ਼ੀਅਨ ਹਰ ਛੇੜ ਦੇ ਇਹਨਾਂ ਦਾ ਇੱਕੋ ਹੀ ਕੰਮ ਹੈ ਕਿ ਜਿਹੜੀ ਪੰਜ ਕਕਾਰੀ ਸਿੱਖੀ ਹੈ ਖਾਲਸੇ ਦਾ ਜਿਹੜਾ ਕਨਸੈਪਟ ਹੈ ਇਹਨੂੰ ਕਿਵੇਂ ਡਿলিউਟ ਕਰਨਾ ਹੁਣ ਸਾਡਾ ਕਿਸੇ ਨਾਲ ਕੋਈ ਇਤਰਾਜ਼ ਨਹੀਂ ਬਹੁਤ ਸਾਰੇ ਜਿਹੜੇ ਨੇ ਕਲੇਰਾਂ ਦੇ ਨਾਲ ਜੁੜੇ ਹੋਏ ਨੇ ਬਾਬਾ ਅਨੰਦ ਸਿੰਘ ਹਾਲਾਂਕਿ ਖੁਦ ਇੱਕ ਅਮਰਤਾਰੀ ਸਿੱਖ ਸਨ ਔਰ ਉਹਨਾਂ ਨੇ ਸਿੱਖੀ ਦੀ ਗੱਲ ਕੀਤੀ ਪਰ ਅੱਜ ਤੁਸੀਂ ਉਹਨਾਂ ਦਾ ਕੁੱਲ ਮਿਲਾ ਕੇ ਦੇਖੋ ਉਹ ਤਾਂ ਆਪਣੇ ਟਿਕਾਣੇ ਨੂੰ ਗੁਰਦੁਆਰਾ ਵੀ ਨਹੀਂ ਕਹਿੰਦੇ ਉਹ ਠਾਠ ਕਹਿੰਦੇ ਨੇ ਨਾਨਕਸਰ ਠਾਠ ਇੱਥੇ ਨਾਨਕਸਰ ਠਾਠ ਉੱਥੇ ਨਿਸ਼ਾਨ ਸਾਹਿਬ ਵੀ ਨਹੀਂ ਲਾਉਂਦੇ ਔਰ ਉਹਨਾਂ ਦਾ ਕਾਨਸੈਪਟ ਵੀ ਜਿਹੜਾ ਹੈ ਜਿਸ ਤਰੀਕੇ ਨਾਲ ਹੈ ਉਹ ਮੁਖਤਾਰਾ ਪੰਥ ਦੇ ਨਾਲ ਜਿਹੜਾ ਉਹਨਾਂ ਦਾ ਉਹ ਆਪਣੇ ਆਪ ਨੂੰ ਨਹੀਂ ਜੋੜਦੇ ਔਰ ਜਦੋਂ ਅਕਾਲ ਤਖਤ ਸਾਹਿਬ ਟਾਇਆ ਗਿਆ ਹੈ ਫੌਜ ਨੇ ਟੈਂਕਾਂ ਤੋਂ ਪਰਨ ਹਮਲਾ ਕਰਕੇ ਠਾਇਆ ਉਸ ਤੋਂ ਬਾਅਦ ਜਿਹੜੀ ਸਰਕਾਰ ਸੇਵਾ ਸੰਤਾ ਸਿੰਘ ਦੇ ਰਾਹੀਂ ਕਰਵਾਈ ਗਈ ਉਹਦੇ ਚ ਵੀ ਨਰੈਣ ਸਿੰਘ ਨੰਦਸਰ ਕਲੇਰਾਂ ਵਾਲਾ ਆ ਕੇ ਸ਼ਾਮਲ ਹੋਇਆ ਸੀ ਸਰਕਾਰ ਵੱਲੋਂ ਪੰਜਾਂ ਪਿਆਰਿਆਂ ਦੇ ਵਿੱਚ ਜੀ ਸੋ ਅਸੀਂ ਸਮਝਦੇ ਹਾਂ ਵੀ ਹੁਣ ਇਹ ਰਵਨੀਤ ਸਿੰਘ ਬਿੱਟੂ ਜਿਹੜਾ ਕਿ ਬੈਂਤਾ ਦਾ ਕਾਤਲ ਬੈਂਤਾ ਜਿਹਨੇ ਪੂਰੀ ਜਨਰੇਸ਼ਨ ਮਾਰੀ ਹੈ ਉਸ ਦਾ ਪੁੱਤ ਹੈ ਪਹਿਲਾਂ ਤੇ ਨੇ ਵੋਟਾਂ ਹੀ ਇਹ ਕਹਿ ਕੇ ਲਈਆਂ ਹਾਲਾਂਕਿ ਐਚਐਸ ਫੂਲਕਾ ਜਿੰਨੇ ਵੀ ਪਿੰਡੂ ਹਲਕੇ ਸੀ ਸ਼ਾਇਦ 9 ਹਲਕੇ ਹੁੰਦੇ ਨੇ ਅਸੈਂਬਲੀ ਦੇ 5 ਹਲਕਿਆਂ ਦੇ ਵਿੱਚ ਉਹ ਲੀਡ ਕਰ ਰਿਆ ਸੀ ਪਰ ਜਿਹੜੇ ਸ਼ਹਿਰੀ ਹਲਕਿਆਂ ਦੀਆਂ ਉਹ ਵੋਟਾਂ ਗਿਣੀਆਂ ਗਈਆਂ ਜਿੱਥੇ ਹਿੰਦੂ ਬਹੁਗਿਣਤੀ ਨੇ ਤੋਂ ਉੱਥੋਂ ਬਹੁਤ ਵੋਟਾਂ ਨਿਕਲੀਆਂ ਕਿਉਂਕਿ ਉਹ ਜਾ ਕੇ ਹਿੰਦੂਆਂ ਦੇ ਕੋਲ ਉਹਨੇ ਕਿਹਾ ਹੈਗਾ ਜੀ ਮੇਰੇ ਦਾਦੇ ਨੇ ਤੁਹਾਨੂੰ ਬਚਾਇਆ ਮੇਰੇ ਦਾਦੇ ਨੇ ਸਿੱਖ ਮਾਰ ਕੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ ਤੁਸੀਂ ਮੈਨੂੰ ਵੋਟਾਂ ਪਾਓ ਜੀ ਹੁਣ ਇੱਕ ਪਾਸੇ ਤਾਂ ਉਹਨੇ ਉਸ ਹਿੰਦੂ ਬਹੁਗਿਣਤੀ ਦਾ ਸਹਾਰਾ ਲੈ ਹੁਣ ਦੂਜੇ ਪਾਸੇ ਇਹ ਨਾਨਕਸਰੀਆਂ ਦੇ ਜਿੱਥੇ ਵਿਕਰਮਜੀਠੀਆ ਵੀ ਜਾਂਦਾ ਹੈ ਹਰਸਿਮਰਤ ਕੌਰ ਨੇ ਵੀ ਜਿੱਤਣ ਤੋਂ ਬਾਅਦ ਉੱਥੇ ਜਾ ਕੇ ਅਖੰਡ ਪਾਠ ਕਰ ਹੁਣ ਇਹ ਜਿਹੜਾ ਪਾਰਟ ਹੈ ਇਧਰੋਂ ਕੋਕਿਆ ਨੂੰ ਪ੍ਰਮੋਟ ਕਰ ਰਿਹਾ ਹੈ ਕੋਈ ਨਾਨਕਸਰੀਆਂ ਨੂੰ ਕਰ ਰਿਹਾ ਇਕੱਲਾ ਉਹਨੇ ਇਹੀ ਨਹੀਂ ਕਿਹਾ ਜੇ ਉੱਥੋਂ ਹਜ਼ੂਰ ਸਾਹਿਬ ਉਹਨੇ ਕਿਹਾ ਜੀ ਜਿੰਨੀਆਂ ਟ੍ਰੇਨਾਂ ਚੰਡੀਗੜ੍ਹ ਨੂੰ ਜਾਂਦੀਆਂ ਨੇ ਜਿੰਨੀਆਂ ਲੁਧਿਆਣਾ ਨੂੰ ਜਾਂਦੀਆਂ ਨੇ ਸਾਰਿਆਂ ਦਾ ਸਟਾਪੇਜ ਨਾਨਕਸਰ ਕਲੇਰਾ ਹੋਣਾ ਚਾਹੀਦਾ ਹੁਣ ਇਹ ਹੈ ਵੀ ਇਹ ਸਾਰੀਆਂ ਚੀਜ਼ਾਂ ਐਟ ਦਾ ਐਕਸਪੈਂਸ ਆਫ ਹਰਮੰਦਰ ਸਾਹਿਬ ਐਟ ਦਾ ਐਕਸਪੈਂਸ ਆਫ ਅਕਾਲ ਤਖਤ ਹੋ ਰਹੀਆਂ ਨੇ ਜਨੰਦਪੁਰ ਸਾਹਿਬ ਦੀ ਅਮੀਤਾ ਦੇ ਉਹ ਨਾਣਾ ਦੇ ਵੀ ਰੋਪਵੇ ਬਣਾਉਣਾ ਚਾਹੁੰਦੇ ਨੇ ਕਿ ਨਾਣਾ ਦੇ ਵੀ ਮੰਦਿਰ ਦੇ ਢਿੱਲੇ ਤੇ ਵੀ ਸਿੱਖਾਂ ਨੂੰ ਚੜਾਓ ਸੋ ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਬਜਾਏ ਕਿ ਲੋਕਾਂ ਦੀਆਂ ਮੁਢਲੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਇਹ ਤਾਂ ਲੱਗੇ ਹੋਏ ਨੇ ਸਿੱਖੀ ਨੂੰ ਡਿਲੀਊਟ ਕਰਨ ਸੋ ਇਹ ਕੱਲਾ ਬਾਦਲ ਕੁੱਕਿਆਂ ਨੂੰ ਖੁਸ਼ ਕਰਨ ਲੱਗਾ ਹੋਇਆ ਹੈ ਜੇ ਜਿਉ ਲੁਧਿਆਣੇ ਚੋਂ ਰਹਿੰਦੇ ਨੇ ਪੈਣੀ ਜਿਹੜੀ ਐ ਜਿਹਨੂੰ ਪੈਣੀ ਸਾਹਿਬ ਕਹਿੰਦੇ ਨੇ ਉਹਦੇ ਚ ਪੈਂਦੀ ਐ ਇਹ ਹੁਣ ਨਾਨਕਸਰੀਆਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਹੈ ਵੀ ਨਾਨਕਸਰੀਆਂ ਦੀਆਂ ਵੋਟਾਂ ਲਓ ਸੋ ਇਸ ਕਿਸਮ ਦੀ ਘਟਿਆ ਪੋਲਿਟਿਕਸ ਜਿਹੜੀ ਐ ਉਹ ਸਿੱਖੀ ਨੂੰ ਨੁਕਸਾਨ ਪਹੁੰਚਾ ਰਹੀ ਹੈ ਜੀ ਰਸਾ ਸਾਡੇ ਕੋਲ ਹੁਣ 2 ਮਿੰਟ ਨੇ ਤੇ ਤੁਸੀਂ ਸਾਡੇ ਦਰਸ਼ਕਾਂ ਦੋਸਤ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਦੋ ਸ਼ਲੋਕ ਗੁਰੂ ਅਮਰਦਾਸ ਜੀ ਦੇ ਚੁਣੇ ਨੇ ਜੀ ਪਹਿਲਾ ਸ਼ਲੋਕ ਹੈ ਜੋਗ ਨਾ ਭਗਵੀ ਕਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈ ਐ ਸਤਿਗੁਰ ਕੇ ਉਪਦੇਸ਼ ਹੁਣ ਜਿਹੜਾ ਹਿੰਦੂਆਂ ਦਾ ਜੋਗ ਮਤ ਹੈ ਉਹਦੇ ਵਿੱਚ ਕੋਈ ਜਿਹੜੇ ਨੇ ਭਗਵੇਂ ਕੱਪੜੇ ਪਾ ਲੈਂਦੇ ਸੀ ਕੋਈ ਗੰਦਗੀ ਖਾਂਦਾ ਸੀ ਆਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਦੇ ਪਤ ਗਵਾਈ ਅਸੀਂ ਪੜਦੇ ਹੁਣ ਆਲਮਲ ਖਾਈ ਇਹੀ ਹੈ ਗੰਦ ਖਾਣਾ ਇਹਨਾਂ ਦਾ ਐਕਸੈਕਟ ਜਿਹੜਾ ਗੰਦ ਖਾਂਦੇ ਸੀ ਤੇ ਗੁਰੂ ਅਮਰਦਾਸ ਫਰਮਾਉਂਦੇ ਨੇ ਕਿ ਨਾ ਤਾਂ ਰੱਬ ਦੇ ਨਾਲ ਮੇਲ ਕੋ ਭਗਵੇਂ ਕੱਪੜੇ ਪਾ ਕੇ ਹੋਣੇ ਨਾ ਹੀ ਜਿਹੜੇ ਐ ਡਰਟੀ ਕਲੋਥਸ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈ ਐ ਸਤਿਗੁਰ ਕੇ ਉਪਦੇਸ਼ ਤੁਸੀਂ ਗ੍ਰਸਤ ਵਿੱਚ ਰਹਿੰਦੇ ਆ ਪਤੀ ਪਤਨੀ ਬੱਚੇ ਬੱਚੀਆਂ ਭੈਣ ਭਰਾ ਸੱਸ ਸੋਹਰਾ ਮਾਪਿਓ ਇਹਨਾਂ ਸਾਰੇ ਰਿਸ਼ਤਿਆਂ ਦੀ ਖੂਬਸੂਰਤੀ ਨੂੰ ਕਾਇਮ ਰੱਖਦੇ ਆ ਵੀ ਨਿਭਾਉਂਦੇ ਆ ਹੋਇਆ ਵੀ ਜਿਹੜਾ ਨਿਰੰਕਾਰ ਨੂੰ ਮਿਲ ਸਕਦੇ ਉਹ ਇਹੀ ਗੁਰਮਤ ਦਾ ਫਰਕ ਹੈ ਕਿ ਉਹਨਾਂ ਨੇ ਗ੍ਰਸਤ ਨੂੰ ਨਿੰਦੇ ਇੱਥੇ ਗ੍ਰਸਤ ਨੂੰ ਵੜਿਆ ਦੂਸਰਾ ਸ਼ਲੋਕ ਹੈ ਚਾਰੇ ਕੁੰਡਾਂ ਜੇ ਭਵੇਂ ਵੇਦ ਪੜੈ ਯੁਗ ਚਾਰ ਨਾਨਕ ਸਾਚਾ ਭੇਟੈ ਹਰਮਨ ਵਸੈ ਪਾਵੇ ਮੁਖ ਦਵਾਰ ਇਹ ਵੀ ਇਸੇ ਥਾਟ ਨੂੰ ਅੱਗੇ ਤੋਰਦਾ ਹੈ ਕੁੰਡ ਕਹਿੰਦੇ ਨੇ ਡਾਇਰੈਕਸ਼ਨਸ ਨੂੰ ਕਿ ਭਾਵੇਂ ਸਾਰੀ ਦੁਨੀਆ ਈਸਟ ਵੈਸਟ ਨਾਰਥ ਸਾਊਥ ਟਕਰਾਂ ਮਾਰ ਲੈ ਜਾ ਕੇ ਚਾਰੇ ਕੁੰਡਾਂ ਜੇ ਭਾਵੇਂ ਵੇਦ ਪੜੈ ਯੁਗ ਚਾਰ ਇਹ ਹਿੰਦੂਆਂ ਦਾ ਥਾਟ ਹੈ ਜੀ ਚਾਰ ਯੁਗ ਨੇ ਸਤਜੁਗ ਸਤਜੁਗ ਤ੍ਰੇਤਾ ਦਵਾਪਰ ਕਾਲ ਯੁਗ ਜੀ ਉਹਨਾਂ ਨੂੰ ਕਈ ਕਈ ਲੱਖ ਸਾਲ ਬਣਾ ਦਿੰਦੇ ਨੇ ਹਾਲਾਂ ਹਿਊਮਨ ਹਿਸਟਰੀ ਸਾਰੀ 7-8000 ਸਾਲ ਦੀ ਔਰ ਮੈਂ ਕਹਿੰਦਾ ਉਹਨਾਂ ਨੇ 8000 ਚੀ ਤੋੜ ਲਓ ਸਾਲਾਂ ਜੀ ਸਤ ਜੋ ਕਿਹੜਾ ਤ੍ਰੇਤਾ ਕਿਹੜਾ ਦੁਆਪਰ ਕਿਹੜਾ ਕਲ ਜੋ ਕਿਹੜਾ ਜੀ ਪਰ ਗੁਰੂ ਸਾਹਿਬ ਨੇ ਉਹਨਾਂ ਨੇ ਕਿਹਾ ਜੀ ਤੁਹਾਡੇ ਚਾਰ ਵੇਦ ਨੇ ਰਿਗ ਸ਼ਾਮ ਯਜੁਰ ਅਥਰਵ ਤੇ ਭਾਵੇਂ ਚਾਰੋਂ ਵੇਦ ਜਿਹੜੇ ਨੇ ਉਹ ਤੁਸੀਂ ਚਾਰੋਂ ਯੁੱਗ ਪੜਦੇ ਰਹੋ ਤੇ ਭਾਵੇਂ ਚਾਰੋਂ ਦੁਨੀਆ ਦੀਆਂ ਜਿਹੜੀ ਹੈ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਦੱਖਣ ਦੁਆਬਾ ਘੋਮਾਓ ਜੀ ਚਾਰੇ ਕੁੰਡਾ ਜੇ ਭਵੇ ਬੀਤ ਪੜੇ ਯੁੱਗ ਚਾਰ ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵੇ ਮੋਖ ਦੁਆਰ ਕਿ ਜਦੋਂ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਕਿਸੇ ਸੱਚੇ ਮਨੁੱਖ ਸੱਚੀ ਰੂਹ ਰੱਬ ਦੀ ਰੰਗੀ ਹੋਈ ਰੱਬ ਦੇ ਪਿਆਰ ਚ ਰੂਹ ਦੇ ਨਾਲ ਤੁਹਾਡਾ ਮੇਲ ਹੋਏਗਾ ਤੁਹਾਡਾ ਮਿਲਾਪ ਹੋਏਗਾ ਸੰਗਤ ਦੇ ਨਾਲ ਤੁਹਾਡਾ ਪ੍ਰੇਮ ਵਧੇਗਾ ਸੰਗਤ ਦੇ ਨਾਲ ਤੁਸੀਂ ਜੁੜੋਗੇ ਹਰ ਮਨ ਵਸੇ ਉਦਾਏ ਹੋਏਗਾ ਕਿ ਵਾਹਿਗੁਰੂ ਤੁਹਾਡੇ ਮਨ ਦੇ ਅੰਦਰ ਵਸੇਗਾ ਪਾਵੇ ਮੋਖ ਦਵਾਰ ਤੇ ਫਿਰ ਜਿਹੜਾ ਮੁਕਤੀ ਦਾ ਦਰਵਾਜ਼ਾ ਮੁਕਤੀ ਇਹ ਨਹੀਂ ਕਿ ਕੋ ਮਰਨ ਤੋਂ ਬਾਅਦ ਨਾਲ ਜੁੜਿਆ ਹੋਈ ਗੱਲ ਹੈ ਉਹ ਇਸ ਜੀਵਨ ਦੇ ਵਿੱਚ ਵੀ ਤੁਸੀਂ ਬੰਦਨਾ ਤੋਂ ਪਕੜ ਤੋਂ ਮਾਇਆ ਦੀ ਲਪੇਟ ਤੋਂ ਧੁਖ ਸੁਖ ਤੋਂ ਪਾਵੇ ਮੋਖ ਦਵਾਰ ਤੁਸੀਂ ਜਿਹੜਾ ਦਵਾਰ ਕਹਿੰਦੇ ਨੇ ਦਰਵਾਜ਼ੇ ਨੂੰ ਔਰ ਮੋਖ ਕਹਿੰਦੇ ਨੇ ਮੁਕਤੀ ਨੂੰ ਕਿ ਸਾਲਵੇਸ਼ਨ ਦਾ ਦਰਵਾਜ਼ਾ ਤੁਹਾਡੇ ਸਾਹਮਣੇ ਖੁੱਲ ਜਾਏਗਾ ਨਰਨਕਾਰ ਦੀ ਯਾਦ ਦੇ ਵਿੱਚ ਸੱਚੇ ਇਨਸਾਨ ਦੇ ਸੰਪਰਕ ਦੇ ਨਾਲ ਸੰਗਤ ਦੇ ਸੰਪਰਕ ਦੇ ਨਾਲ ਤੇ ਬਾਕੀ ਚਾਰੋਂ ਵੇਦ ਪੜਨਾ ਤੇ ਪਾਵੇਂ ਚਾਰੇ ਯੁੱਗ ਆਚਾਰੀਆਂ ਡਾਇਰੈਕਸ਼ਨਾਂ ਨੂੰ ਘੁੰਮਦੇ ਰਹੋ ਉਹਦੇ ਚੋਂ ਕੁਝ ਨਹੀਂ ਨਿਕਲਣਾ ਹੈ ਜੀ ਡਾਕਟਰ ਸਾਹਿਬ ਅਦਰਵਾਜ਼ਾ ਜੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਵੀਰਸ ਤੁਹਾਡੇ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਉਹ ਜੋ ਸਮਾਂ ਕੱਢ ਕੇ ਸਾਨੂੰ ਆਪਣੀ رائے ਤੇ ਸੁਝਾਅ ਭੇਜੇ ਸਾਨੂੰ ਇਸ ਤਰ੍ਹਾਂ ਹੀ ਭੇਜਦੇ ਰਹਿਣਾ ਸਾਡੇ ਇਸ ਪੱਤੇ ਤੇ SOSatv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ